ਕਿ ਨਾਲ ਇੱਕ ਕਾਂਗਰਸ ਦੀ ਗੱਲ ਆਉਂਦੀ ਆ ਵਾਰ-ਵਾਰ ਕਿ ਕਾਂਗਰਸ ਨੇ ਇਦਾਂ ਕੀਤਾ ਕਾਂਗਰਸ ਨੇ ਉਦਾਂ ਕੀਤਾ ਇਹ ਕੀ ਇਹ ਜਿਹੜੀ ਗੱਲ ਹੈ ਇਹ ਵੀ ROC ਦੇ ਤਹਿਤ ਇਸ ਨੂੰ ਇੰਡੀਅਨ ਸਟੇਟ ਤੋਂ ਕਾਂਗਰਸ ਤੇ ਲੈ ਕੇ ਆਂਦਾ ਗਿਆ ਠੀਕ ਹੈ ਕਾਂਗਰਸ ਦੋਸ਼ੀ ਹੈ ਪਰ ਅਸੀਂ ਦੇਖਦੇ ਕਿ ਜੇ ਇਹ ਬਿਰਤਾਂਤ ਨਾ ਬਣਦਾ ਕਿ ਕਾਂਗਰਸ ਦੋਸ਼ੀ ਹੈ ਇਹਨੂੰ ਮੋٹے ਅੱਖਰਾਂ ਦੇ ਵਿੱਚ ਨਾ ਬਿਆਨ ਕੀਤਾ ਜਾਂਦਾ ਕਿ ਕਾਂਗਰਸ ਦੋਸ਼ੀ ਹੈ ਤਾਂ ਕੀ ਹੁੰਦਾ ਕਿਉਂਕਿ ਵਰਤਾਂਤ ਬਣ ਗਿਆ ਸਥਾਪਿਤ ਹੋ ਗਈ ਇਹ ਗੱਲ ਕਿ ਕਾਂਗਰਸ ਨੇ ਹਮਲਾ ਕਰਵਾਇਆ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਇੰਦਰਾ ਗਾਂਧੀ ਪ੍ਰਧਾਨ ਸੀ ਕਾਂਗਰਸ ਦੀ ਨਾਲੇ ਪ੍ਰਧਾਨ ਮੰਤਰੀ ਸੀ ਕਿ ਕਾਂਗਰਸ ਨੇ ਹਮਲਾ ਕਰਵਾਇਆ ਤੇ ਇਹ ਸਥਾਪਿਤ ਹੋ ਗਿਆ ਜਦੋਂ ਜਦੋਂ ਦਿੱਲੀ ਦੇ ਵਿੱਚ ਜਿਹੜਾ ਸਿੱਖ ਕਿਤਲੇਮ ਹੁੰਦਾ ਇੰਦਰਾ ਗਾਂਧੀ ਦਾ ਸੋਧਾ ਲਾਇਆ ਜਾਣ ਤੋਂ ਬਾਅਦ ਉਹਦੇ ਚ ਫੇਰ ਵਾਰ-ਵਾਰ ਕਾਂਗਰਸ ਨੇ ਕਰਵਾਇਆ ਜਗਦੀਸ਼ ਟਾਇਟਲਰ ਫਲਾਣਾ ਢੀਂ ਸਾਰਾ ਕੁਝ ਕਾਂਗਰਸ ਦੇ ਉੱਤੇ ਸੋ ਇਹ ਵਿਰਤਾਂਤ ਕੀ ਇਹ ਸਾਰਥਕ ਹੈ ਜਾਂ ਨਿਰਾਰਥਕ ਹੈ ਇਹ ਇਹਦਾ ਕੋਈ ਫਾਇਦਾ ਜਾਂ ਸਿੱਖਾਂ ਨੂੰ ਨੁਕਸਾਨ ਹੋਇਆ ਤੁਸੀਂ ਕੀ ਸੋਚਦੇ ਹੋ ਕਿਵੇਂ ਲੱਗਦਾ ਤੁਹਾਨੂੰ ਇਹਦਾ ਜੇ ਅੱਜ ਦੇ ਘਟਨਾਕਰਮ ਦੇ ਵਿੱਚ ਅੱਜ ਜਿੱਥੇ ਅੱਜ ਅਸੀਂ ਬੌਧਿਕ ਤੌਰ ਦੇ ਉੱਤੇ ਸੋਚ-ਸੋਚ ਕੇ ਸੋਚ-ਸੋਚ ਕੇ ਪਹੁੰਚ ਚੁੱਕੇ ਹਾਂ ਉੱਥੇ ਤੁਸੀਂ ਵੀ ਇਹ ਨਤੀਜਾ ਨਿਕਲੋਗੇ ਕਿ ਇਹ ਗੱਲ ਸਿੱਖਾਂ ਦੇ ਲਈ ਬਹੁਤ ਖਤਰਨਾਕ ਸਾਬਤ ਹੋਈ ਹੈ ਕਿ ਸਿੱਖਾਂ ਦੇ ਇੱਕ ਵੱਡੀ ਧਿਰ ਨੇ ਸਿੱਖਾਂ ਦੀ ਇੱਕ ਉਹ ਧਿਰ ਜਿਸ ਨੇ ਪੰਜਾਬ ਦੇ ਉੱਤੇ ਇੱਕ ਸਿਆਸੀ ਪਾਰਟੀ ਦੇ ਤੌਰ ਦੇ ਉੱਤੇ ਰਾਜ ਕੀਤਾ ਉਸ ਧਿਰ ਨੇ ਉਸ ਪਰਿਵਾਰ ਨੇ ਲਗਾਤਾਰ ਇਹ ਜਿਹੜਾ ਰਾਗ ਆਲਾਪਿਆ ਕਿ ਕਾਂਗਰਸ ਕਾਂਗਰਸ ਸਿੱਖ ਵਿਰੋਧੀ ਕਾਂਗਰਸ ਜੂਨ 84 ਕਾਂਗਰਸ ਨਵੰਬਰ 84 ਕਾਂਗਰਸ ਸਿੱਖਾਂ ਦੀ ਕਾਤਲ ਕਾਂਗਰਸ ਐਤਾ ਕਾਂਗਰਸ ਐਤਾ ਉਹ ਸਥਾਪਿਤ ਹੋ ਗਿਆ ਅਸੀਂ ਵੀ ਉਹਦੇ 'ਚ ਸਾਥ ਦਿੱਤਾ ਅਸੀਂ ਵੀ ਇਹ ਗੱਲ ਮੰਨਦੇ ਹਾਂ ਠੀਕ ਹੈ ਪਰ ਕੀ ਇਸ ਨੇ ਕੋਈ ਸਿੱਖਾਂ ਦਾ ਨੁਕਸਾਨ ਤਾਂ ਨਹੀਂ ਕੀਤਾ ਐਸੇ ਗੱਲ ਨੇ ਇਹ ਗੱਲ ਸਮਝਣ ਵਾਲੀ ਐ ਸੋ ਇਹ ਗੱਲ ਉਸੇ ਵੇਲੇ ਪੂਰੇ ਤਰੀਕੇ ਨਾਲ ਸਕ੍ਰਿਪਟਡ ਸੀ ਤੈਹ ਸੀ ਇੰਡੀਅਨ ਏਜੰਸੀਆਂ ਵੱਲੋਂ ਕਿ ਕਾਂਗਰਸ ਨੂੰ ਤਾਂ ਕਿਲ ਕਰਨਾ ਹੀ ਕਰਨਾ ਆਉਣ ਵਾਲੇ ਟਾਈਮ 'ਚ ਕਾਂਗਰਸ ਦੇ ਬਾਅਦ ਇੱਕ ਹੋਰ ਪਾਰਟੀ ਨੇ ਸਤਾ ਸੰਭਾਲਣੀ ਐ ਸਕ੍ਰਿਪਟਡ ਸੀ ਪਤਾ ਸੀ ਸਾਰਿਆਂ ਨੂੰ ਸੋ ਕਿ ਉਸ ਪਾਰਟੀ ਨੂੰ ਜਿਹੜੇ ਸਿਸਟਮ ਨੇ ਉਸ ਪਾਰਟੀ ਨੂੰ ਚਲਾਉਣਾ ਸੀ ਜਾਂ ਹੁਣ ਜਿਹੜੀ ਮੌਜੂਦਾ ਆਪਾਂ ਨਾਮ ਲੈ ਹੀ ਦਿੰਨੇ ਆ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਹੁਣ ਇਨ ਇੰਡੀਆ ਦਾ ਸਿਸਟਮ ਹੈ ਜਿਹੜਾ ਉਹ ਇਹਨਾਂ ਪਾਰਟੀਆਂ ਨੂੰ ਚਲਾ ਰਿਹਾ ਤੇ ਇਹ ਆਪਸ ਦੇ ਵਿੱਚ ਜਿਹੜਾ ਹੈ ਆਰਐਸਐਸ ਭਾਰਤੀ ਜਨਤਾ ਪਾਰਟੀ ਇੰਡੀਅਨ ਸਟੇਟ ਡੀਪ ਸਟੇਟ ਡੀਪ ਸਟੇਟ ਚ ਜਿਹੜੀਆਂ ਵੱਖ-ਵੱਖ ਤਾਕਤਾਂ ਨੇ ਵੱਖ-ਵੱਖ ਪਰਿਵਾਰ ਨੇ ਬਿਜ਼ਨਸ ਫੈਮਲੀਆਂ ਨੇ ਅਡਾਨੀ ਨੇ ਅੰਬਾਨੀ ਨੇ ਟਾਟਾ ਬਿਰਲਾ ਹੋਰ ਇਹ ਫੈਮਲੀਆਂ ਨੇ ਜਿਹੜੀਆਂ ਪ੍ਰੇਮਜੀ ਫੈਮਿਲੀ ਐ ਸੋ ਇਹ ਪੰਜ ਫੈਮਿਲੀਆਂ ਨੇ ਤੇ ਇਹ ਚਲਾ ਰਹੀਆਂ ਨੇ ਉਹਨਾਂ ਨੂੰ ਸੋ ਕੀ ਇਹ ਉਸ ਲੈਵਲ ਦੇ ਉੱਤੇ ਮਤਲਬ ਇਹਨਾਂ ਨੇ ਉਹ ਜਿਹੜੀ ਸਕ੍ਰਿਪਟ ਰਚੀ ਗਈ ਕਿ ਕਾਂਗਰਸ ਦੇ ਲਈ ਕੀ ਇਹਨਾਂ ਨੇ ਆਪਸੀ ਪ੍ਰੀ ਪਲਾਨ ਦੇ ਨਾਲ ਕਰਕੇ ਤਿਆਰ ਸਾਰਾ ਕੁਝ ਫੇਰ ਇਹਨਾਂ ਨੇ ਇਹ ਸਿੱਖਾਂ ਦੇ ਵਿੱਚ ਪਾਇਆ ਸਿੱਖਾਂ ਨੂੰ ਇਸ ਤਰੀਕੇ ਨਾਲ ਬੇਵਕੂਫ ਬਣਾਇਆ ਤਾਂ ਇਹ ਤੁਸੀਂ ਵਿਚਾਰ ਲੈਣਾ ਜਿਹੜਾ ਸਾਡੇ ਕੋਲ ਸਮਾਂ ਹੋਊਗਾ ਹੋਮਵਰਕ ਕਰਨ ਦੇ ਲਈ ਪਰ ਇੱਕ ਬਿਰਤਾਂਤ ਬਣਨ ਦੇ ਨਾਲ ਸਾਡਾ ਜਿਹੜਾ ਮੂੰਹ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਦੇ ਵਿਰੁੱਧ ਹੋ ਗਿਆ ਹੋਣਾ ਚਾਹੀਦਾ ਸੀ ਪਰ ਉਹ ਸਮੁੱਚੀ ਸਟੇਟ ਦੇ ਡੀਪ ਸਟੇਟ ਦੇ ਦਾ ਇੰਡੀਅਨ ਸਿਸਟਮ ਦੇ ਖਿਲਾਫ ਨਹੀਂ ਹੋਇਆ ਉੱਥੇ ਅਸੀਂ ਇਹ ਭੁੱਲ ਗਏ ਕਿ ਇਹ ਸਿਸਟਮ ਹੈ ਜਿਹੜਾ ਉਹ ਇੰਡੀਅਨ ਗਵਰਨਮੈਂਟ ਹੈ ਜਾਂ ਇੰਡੀਅਨ ਸਟੇਟ ਹੈ ਪ੍ਰਧਾਨ ਮੰਤਰੀ ਤਾਂ ਉਹਦੀ ਹੈ ਨਾ ਉੱਥੇ ਉੱਥੇ ਉਹ ਕਾਂਗਰਸ ਦੀ ਪ੍ਰਧਾਨ ਮੰਤਰੀ ਨਹੀਂ ਕੱਲੀ ਕਾਂਗਰਸੀਆਂ ਦੀ ਪ੍ਰਧਾਨ ਮੰਤਰੀ ਨਹੀਂ ਹੈਗੀ ਉੱਥੇ ਕਾਂਗਰਸ ਉਹਨੂੰ ਕੱਲੀ ਪਾਰਟੀ ਉਹਨੂੰ ਹਲਾਸ਼ੇਰੀ ਨਹੀਂ ਦੇ ਰਹੀ ਕਿ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰੋ ਉੱਥੇ ਅਡਵਾਨੀ ਵੀ ਹੈ ਅਡਵਾਨੀ ਨੇ ਤਾਂ ਇਸ ਗੱਲ ਨੂੰ ਕਬੂਲ ਕੀਤਾ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿ ਸਾਡੇ ਕਹਨ ਦੇ ਉੱਤੇ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੋ ਇਸ ਗੱਲ ਦੀ ਜਿਹੜੀ ਵਿਚਾਰ ਚਰਚਾ ਇਹ ਵੀ ਜਿਹੜੇ ਵਰਤਾਂਤ ਬਣੇ ਨੇ ਸਾਰੇ ਉਹ ROC ਜਿਹੜੀ ROC ਮਾਡਲ ਹੈ ਉਸ ਨੇ ਭਾਰਤੀ ਸਟੇਟ ਨੂੰ ਭਾਰਤੀ ਸਟੇਟ ਦੇ ਜਿਹੜੇ ਖੁਫੀਆ ਮਹਿਕਮੇ ਦੇ ਅਫਸਰ ਨੇ ਬਟੇ ਅਧਿਕਾਰੀ ਨੇ ਉਹਨਾਂ ਨੂੰ ਪੂਰਾ ਪੂਰਾ ਸਮੇਂ-ਸਮੇਂ ਦੇ ਉੱਤੇ ਗਾਈਡ ਕੀਤਾ ਸਿੱਖਾਂ ਦੇ ਮਾਮਲੇ ਦੇ ਵਿੱਚ ਸਿੱਖਾਂ ਨੂੰ ਉਹ ਐਨੇ ਸਹਿਜ ਨਾਲ ਜਿਵੇਂ ਭਾਰਤੀ ਜਿਹੜਾ ਮੁਲਕ ਉਸ ਦਾ ਹਿੱਸਾ ਮੰਨ ਕੇ ਨਹੀਂ ਚੱਲ ਰਹੇ ਉਹ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਜਿਵੇਂ ਕੋਵਰਟ ਆਪਰੇਸ਼ਨ ਹੁੰਦੇ ਹਨ ਨਾ ਕਿਸੇ ਕੰਟਰੀ ਦੇ ਉਹਨਾਂ ਨੇ ਪੰਜਾਬ ਨੂੰ ਉਸ ਤਰੀਕੇ ਨਾਲ ਸਮਝ ਕੇ ਉਸ ਤਰੀਕੇ ਨਾਲ ਉੱਥੇ ਸਾਰੇ ਕਾਰਜ ਕੀਤੇ ਨੇ ਇੱਕ ਇੱਕ ਕਰਕੇ ਭਾਵੇਂ ਪੰਜਾਬ ਦਾ ਪਾਣੀ ਖੋਣਾ ਪੰਜਾਬ ਦੇ ਵਿੱਚ ਭਈਆਂ ਨੂੰ ਬਸਾਉਣਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਆਣਾ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਪਰਫੁੱਲਤ ਕਰਨਾ ਗੱਲ ਕੀ ਤੁਸੀਂ ਤੁਸੀਂ ਉਂਗਲ ਰੱਖੋ ਸਹੀ ਕਿਸੇ ਨੁਕਤੇ ਤੇ ਹਰ ਨੁਕਤੇ ਤੇ ਤੁਹਾਨੂੰ ਇਹ ਸਾਬਤ ਹੁੰਦਾ ਵਰਤਿਤ ਹੋਏਗਾ ਕਿ ਇਹ ਤਾਂ ਕੰਮੀ ਸਟੇਟ ਦਾ ਇਹ ਕਿਸੇ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਦਾ ਨਹੀਂ ਇਹਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਹੈ ਹਿੰਦੂ ਇਕ ਲੱਬੀ ਹੈ ਉਹ ਸਿਸਟਮ ਹੈ ਜਿਹੜਾ ਇੰਡੀਆ ਦਾ ਇੱਕ ਸਟੇਟ ਹੈ ਉਹ ਪੂਰੀ ਉਹ ਲੜ ਰਹੀ ਹੈ ਸਾਡੇ ਨਾਲ ਸੋ ਇਹ ਨਾਮ ਰੱਖ ਕੇ ਨਾ ਉਹੀ ਗੱਲ ਉਹੀ ਆ ਜਾਂਦੀ ਹੈ ਕਿ ਵਾਰ-ਵਾਰ ਸਾਨੂੰ ਇਹ ਉਲਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅੱਜ ਦਾ ਸਿੱਖਾ ਜਿਹੜਾ ਉਹ ਸਮਝ ਚੁੱਕਿਆ